you all here today, or before continuing, to acknowledge that the land on which we meet is the traditional land of the Kaurna people, and to pay our respects to their elders past and present, as together वैगुरु जी का खालसा वाहेगुरु जी श्री गुरु नानक देव जी के प्रकाश पुरब के समागम में जिथे देशा विदेशों में अच रौनक लगे होंगे देखी साउथ ऑस्ट्रेलिया जिथे गुरुद्वारा साहबाना के लिए अलग अलग थावान पर आयोजन किए गए ने उतनी साउथ ऑस्ट्रेलिया पार्लीमेंट हाउस के इस एक बहुत ही वधिया अजिहे शाम का आयोजन किया गया है जिसे इतने पॉलिटिशियन के सहयोग के नाल पंजाबी कम्यूनिटी को बुला के ਉਹਨਾਂ ਦਾ ਮਾਣ ਸਨਮਾਨ ਕੀਤਾ ਗਿਆ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਤਿਆਰ ਕੀਤਾ। Sikh calendar. It's a special birthday, 550th birthday. So, Russell said it well. We are incredibly fortunate in South Australia to have such a diverse and respectful community. But I think it is fair to say that in an increasing way, the Indian and Sikh community's contribution to our state culturally, economically, politically, is growing in a way that really ensures that your community punches above its weight. And the opportunity to be able to have you here in Parliament House this evening is very much a representation of that, particularly on a special occasion such as the 550th anniversary of Mr. Guru Nanak, of course, who has contributed to the Sikh community in a profound way. To celebrate Guru Nanak Dev Ji's Gurpur Prakash 550 years. His Guru Nanak traveled over 14,000 kilometers or miles, really. Over the areas he traveled, he went to Iran and Iraq, and he traveled all through India
and traveled as far as Ceylon to spread his message to the community, humanity. ਸਭ ਗੁਰੂਆਂ ਮੁਰੀਦਾਂ ਵਿੱਚ ਬਲਦੇ ਰਹਿਣਾ ਉਹ ਯਾਦ ਸੱਚ ਜੋ ਗਾਦ ਸੱਚ ਉਹਨੇ ਸੱਚ ਹੀ ਰਹਿਣਾ ਹਰ ਸਾਨਾ ਹਰ ਰੋਮ ਚੋ ਵਾਹਿਗੁਰੂ ਕਹਿਣਾ ਨਿਰਭੈ ਹੋ ਉਹਨੇ ਸਭ ਦਾ ਰਹਿਣਾ ਨਿਰਭੈ ਹੋ ਉਹਨੇ ਸਭ ਦਾ ਰਹਿਣਾ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਹਾਜੀਆਂ ਨੇ ਮੁਸਲਮਾਨਾਂ ਨੇ ਕਹਿ ਲਓ ਬਈ ਕੌਣ ਚੰਗਾ ਹਿੰਦੂ ਵੱਡਾ ਕਿ ਮੁਸਲਮਾਨ ਵਾਲੀ ਬਾਬਾ ਆਖੇ ਹਾਜੀ ਸਭਾ ਕਹਿੰਦੇ ਬਿਨਾਂ ਕਰਮਾਂ ਤੋਂ ਚੰਗੇ ਕਰਮਾਂ ਤੋਂ ਬਿਨਾਂ ਕੁਝ ਵੀ ਨਹੀਂ ਭਾਵੇਂ ਉਹ ਹਿੰਦੂ ਹੈ ਭਾਵੇਂ ਮੁਸਲਮਾਨ ਆਪਾਂ ਵਿੱਚ ਸਿੱਖਾਂ ਨੂੰ ਵੀ ਲੈਂਦੇ ਜੇਕਰ ਗੁਣ ਚੰਗੇ ਨੇ ਕਰਮ ਚੰਗੇ ਨੇ ਤਾਂ ਐਵਰੀਥਿੰਗ ਇਜ਼ ਓਕੇ ਵੀ ਐਕਨੋਲੇਜਡ ਅ ਕਪਲ ਟੂ ਪੀਪਲ ਦੈਟ ਦੈਟ ਡੂ ਕੰਸੀਡਰੇਬਲ ਸਪੋਰਟ ਐਂਡ ਵਰਕ ਹੈਪਨਿੰਗ ਇਨ ਦ ਕਮਿਊਨਿਟੀ And mind you, there are so many we could say, but we only thought we'd limit it to two every year. So the first person I'd like to acknowledge was a person who was involved in the very first Sikh Games, which in Adelaide. Dr. Kira, welcome. Yeah, Dr. Kira. Thanks for having me. ਜੀ ਕਿਹੋ ਜਿਹਾ ਫੀਲ ਹੋ ਰਿਹਾ ਜਿਹੜਾ ਪੰਜਾਬੀ ਕਮਿਊਨਿਟੀ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਜਿਹੜਾ ਇੱਥੇ ਦੀ ਪੋਲੀਟੀਸ਼ੀਅਨਸ ਵੱਲੋਂ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਲੱਗ ਰਿਹਾ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਵੱਡੀ ਗੱਲ ਲੱਗ ਰਹੀ ਹੈ ਵੱਡੀ ਗੱਲ ਇਹ ਨਹੀਂ ਹੈ ਜੀ ਕਿ ਅਸੀਂ ਪਾਰਲੀਮੈਂਟ ਹਾਊਸ 'ਚ ਖੜ੍ਹੇ ਹੋਏ ਹਾਂ ਵੱਡੀ ਗੱਲ ਇਹ ਲੱਗ ਰਹੀ ਹੈ ਕਿ ਅਸੀਂ ਅੱਜ ਗੁਰੂ ਨਾਨਕ ਦੇਵ ਜੀ ਦਾ 550ਵਾਂ ਪੁਰਬ ਇੱਥੇ ਰਲ ਕੇ ਮਨਾ ਰਹੇ ਹਾਂ ਸੋ ਇਸ ਮੌਕੇ 'ਤੇ ਸਾਰੇ ਐਡੀਲੇਡ ਵਾਸੀਆਂ ਨੂੰ ਜਿੱਥੇ ਤੱਕ ਜੋ ਵੀ ਸੁਣ ਰਿਹਾ ਮੇਰੀ ਇਹੀ ਗੁਜ਼ਾਰਿਸ਼ ਹੈ ਕਿ ਅਸੀਂ ਆਪਣੀ ਮੈਂ ਤੋਂ ਉੱਪਰ ਉੱਠ ਕੇ ਅਸੀਂ ਹੋਈਏ ਆਪਣਾ ਇੱਕ ਸੁਪਨਿਆਂ ਦਾ ਪੰਜਾਬ ਇੱਥੇ ਵਸਾ ਸਕੀਏ ਰਲ ਮਿਲ ਕੇ ਚੰਗੇ ਵਿਚਾਰਾਂ ਦੇ ਨਾਲ ਸਾਂਝ ਪਾਈਏ ਮਿਲ ਜੁਲ ਕੇ ਰਹੀਏ ਕਿਰਤ ਕਰੀਏ ਨਾਮ ਜਪੀਏ ਵੰਡ ਛਕੀਏ ਵਾਹਿਗੁਰੂ ਜੀ ਕੀ ਫਤਿਹ ਜੋ ਦਿਹਾੜਾ ਹੈ ਬਾਬਾ ਨਾਨਕ ਦੇ ਨਾਂ 'ਤੇ ਆ ਐਡੀਲੇਡ ਦੀ ਸੰਗਤ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਜੋ ਇੱਥੇ ਇਕੱਠੇ ਹੋ ਕੇ ਇੱਕ ਬਾਬਾ ਜੀ ਨੂੰ ਉਹਨਾਂ ਦੇ ਬਰਥਡੇ ਦੀ ਮੁਬਾਰਕਬਾਦ ਦਿੱਤੀ ਆ ਬਸ ਆਹੀ ਸੁਨੇਹਾ ਕਿ ਸਾਰੇ ਇਕੱਠੇ ਰਹਿਣ ਅੱਜ ਬਹੁਤ ਸਾਨੂੰ ਖੁਸ਼ੀ ਹੋਈ ਹੈ ਕਿ ਅਸੀਂ ਅੱਗੇ 500 ਸਾਲਾ ਗੁਰੂ ਨਾਨਕ ਦੇਵ ਦਾ ਜਨਮਦਿਨ ਮਨਾਇਆ ਸੀ ਅੱਜ ਅਸੀਂ 550 ਸਾਲਾ ਮਨਾ ਰਹੇ ਹਾਂ ਅਸੀਂ ਬਹੁਤ ਕਰਮਾਂ ਭਾਗਾਂ ਵਾਲੇ ਹਾਂ ਜਿਹੜੇ ਕਿ ਸਾਨੂੰ ਇਹ ਸਾਡੇ ਇਸ ਉਮਰ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਅਤੇ ਸਾਡਾ ਇੱਕ ਜਿਹੜਾ ਸਭ ਤੋਂ ਸਪੈਸ਼ਲੀ ਗੱਲ ਆ ਜਿਹੜਾ ਉਹ ਕੋਰੀਡੋਰ ਖੋਲ੍ਹਿਆ ਗਿਆ ਡੇਰਾ ਬਾਬਾ ਨਾਨਕ ਅਸੀਂ ਡੇਰਾ ਬਾਬਾ ਨਾਨਕ ਬਸ ਜੀ ਹੈ ਉੱਥੋਂ ਕਰਤਾਰਪੁਰ ਡੇਰਾ ਬਾਬਾ ਨਾਨਕ ਤੋਂ ਕੋਰੀਡੋਰ ਜਿਹੜਾ ਖੋਲ੍ਹਿਆ ਗਿਆ ਉਹ ਬਹੁਤ ਸ਼ਲਾਘਾਯੋਗ ਕੰਮ ਕੀਤਾ ਇਮਰਾਨ ਖਾਨ ਔਰ ਮੋਦੀ ਜੀ ਨੇ ਔਰ ਨਵਜੋਤ ਸਿੰਘ ਸਿੱਧੂ ਨੇ ਇਸੇ ਤਰ੍ਹਾਂ ਜਾਂਦਾ ਬਹੁਤ ਉਹਨਾਂ ਦੀ ਅਰਦਾਸਾਂ ਲੱਗੀਆਂ ਨੇ ਹਰ ਜਿਹੜਾ ਸਿੱਖ ਸੀਗਾ ਉਹ ਦਿਨ ਰਾਤ ਅਰਦਾਸ ਕਰਦਾ ਸੀਗਾ ਖੁੱਲ੍ਹੇ ਦਰਸ਼ਨ ਦੇ ਦਾਰੇ ਔਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਅੱਜ ਸਾਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ ਸਾਰੇ ਸੰਸਾਰ ਨੂੰ ਵਧਾਈ ਦਿੰਦੇ ਹਾਂ ਔਰ ਮਨ ਬੜਾ ਗਦੋ ਗਦ ਹੈ ਕਿ ਬਹੁਤ ਦਿਲ ਕਰਦਾ ਹੈ ਕਿ ਆਹ ਜਗਤ ਜਿਹੜਾ ਵਾ ਬਹੁਤ ਖੁਸ਼ੀ ਮਨਾਈ ਹੈ ਅਤੇ ਹੋਰ ਮੋਨਿਕਾ ਇਜ਼ ਵਨ ਆਫ ਦਾ ਪਰਸਨ ਆਈ ਵਾਜ਼ ਟਾਕਿੰਗ ਅਬਾਊਟ ਸ਼ੀ ਇਜ਼ ਦਾ ਵਨ ਹੂ ਕੀ ਪਰਸਨ ਹੂ ਔਰਗਨਾਈਜ਼ ਦਿਸ ਇਵੈਂਟ ਸੋ ਤੁਸੀਂ ਇਹ ਇਵੈਂਟ ਔਰਗਨਾਈਜ਼ ਕੀਤਾ ਇਹ ਬਾਬਾ ਜੀ ਨੇ ਆਪ ਕਰਾਇਆ ਕੀ ਹੋਇਆ ਕੀ ਸੀ ਪੂਰਾ ਦੱਸੋਗੇ ਓਕੇ ਇਹ ਬਾਬਾ ਜੀ ਫੀਲ ਕਰ ਰਹੇ ਹੋ ਇਹ ਬਾਬਾ ਜੀ ਨੇ ਆਪ ਕਰਾਇਆ ਅੱਜ ਤੋਂ 4 ਸਾਲ ਪਹਿਲਾਂ ਅਸੀਂ ਇੱਕ ਫੰਕਸ਼ਨ ਤੇ ਗਏ ਸੀਗੇ ਉੱਥੇ ਉਹਨਾਂ ਨੇ ਸਾਰਿਆਂ ਨੂੰ ਇੱਕੋ ਤਗੜੀ ਤੋਲ ਦਿੱਤਾ ਸੀਗਾ ਆਈ ਡੋਂਟ ਨੋ ਇਫ ਆਈ ਵਾਂਟ ਟੂ ਰਿਕਾਰਡ ਦੈਟ ਔਰ ਨਾਟ ਤੇ ਮੈਨੂੰ ਬੜਾ ਦੁੱਖ ਲੱਗਿਆ ਸੀਗਾ ਵੀ ਸਾਡੇ ਸਿੱਖ ਭਾਈਚਾਰੇ ਨੂੰ ਨਹੀਂ ਪੁੱਛਿਆ ਗਿਆ ਸੀਗਾ ਉੱਥੇ ਅਤੇ ਮੈਂ ਰਸਲ ਨੂੰ ਰਿਕੁਐਸਟ ਕਰਕੇ ਅਸੀਂ 4 ਸਾਲ ਪਹਿਲਾਂ ਇੱਕ ਵਿਸਾਖੀ ਦਾ ਫੰਕਸ਼ਨ ਕੀਤਾ ਸੀਗਾ ਇੱਥੇ ਐਂਡ ਵਿਸਾਖੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਆਇਆ ਅਤੇ ਅਸੀਂ ਡਿਸਾਈਡ ਕੀਤਾ ਕਿ ਅਸੀਂ ਸਾਰਾ ਕੁਝ ਮਨਾਉਂਦੇ ਹਾਂ ਇੱਥੇ ਕ੍ਰਿਸਮਸ ਮਨਾਉਂਦੇ ਹਾਂ ਅਤੇ ਆਪਣੇ ਬਾਬਾ ਜੀ ਦਾ ਜਨਮ ਦਿਨ ਵੀ ਮਨਾਉਣਾ ਚਾਹੀਦਾ ਤਦੋਂ ਤੋਂ ਇਹ ਪ੍ਰਥਾ ਚੱਲ ਰਹੀ ਹੈਗੀ ਹੈ ਅਤੇ ਹੁਣ ਇਸ ਸਾਲ ਅਸੀਂ 550 ਸਾਲ ਮਨਾਇਆ ਇਹਦੇ 'ਚ ਮੈਂ ਕੁਛ ਨਹੀਂ ਕੀਤਾ ਬਾਬਾ ਜੀ ਨੇ ਆਪ ਕਰਾਇਆ ਕੀ ਕਹਿਣਾ ਚਾਹੋਗੇ ਸੁਨੇਹਾ ਕੀ ਦੇਣਾ ਚਾਹੋਗੇ ਸੁਨੇਹਾ ਤਾਂ ਇਹ ਜਿਵੇਂ ਸਾਰੇ ਰਲ ਮਿਲ ਕੇ ਰਹਿਣਾ ਚਾਹੀਦਾ ਸਾਰਿਆਂ ਨੂੰ ਸਿੱਖੀ ਦਾ ਨਾਮ ਜਪੋ ਕਿਰਤ ਕਰੋ ਵੰਡ ਸਕੋ ਬਹੁਤ ਹੀ ਭਾਗਾਂ ਵਾਲਾ ਦਿਨ ਹੈ
ਕਿਉਂਕਿ ਸਾਡੇ ਜਗਤ ਗੁਰੂ ਬਾਬਾ ਨਾਨਕ ਜੀ ਉਹਨਾਂ ਦਾ 550ਵਾਂ ਜਨਮ ਦਿਨ ਜੋ ਕਿ ਪੂਰੀ ਦੁਨੀਆ ਦੇ ਵਿੱਚ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਸੋ ਅੱਜ ਇੱਥੇ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਦੇ ਵਿੱਚ ਪਾਰਲੀਮੈਂਟ 'ਚ ਮਨਾਇਆ ਗਿਆ। ਸੋ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਕੇ ਬਹੁਤ ਮਨ ਨੂੰ ਖੁਸ਼ੀ ਹੋਈ ਅਤੇ ਆਪਣੇ ਆਪ ਨੂੰ ਵਡਭਾਗੇ ਸਮਝਿਆ ਕਿ ਅੱਜ ਇੱਥੇ ਇਸ ਦਾ ਹਿੱਸਾ ਇਸ ਮੌਕੇ ਹਿੱਸਾ ਬਣਨ ਦਾ ਮੌਕਾ ਮਿਲਿਆ। ਸੋ ਸਾਰਿਆਂ ਤੋਂ ਵੱਧ ਖੁਸ਼ੀ ਕਿ ਜੋ ਗੁਰੂ ਨਾਨਕ ਦੇਵ ਜੀ ਦਾ ਆਖਰੀ ਸਮਾਂ ਕਰਤਾਰਪੁਰ ਸਾਹਿਬ ਜੋ ਕੋਰੀਡੋਰ ਦਾ ਲਾਂਘਾ ਉੱਥੇ ਬਣਿਆ ਹੈ ਉਸ ਦੀ ਬੇਹੱਦ ਖੁਸ਼ੀ ਪੂਰੇ ਸਮੁੱਚੇ ਸਿੱਖ ਜਗਤ ਨੂੰ ਹੈ, ਜਿਸ ਦੇ ਕਿ ਵਧਾਈ ਦੇ ਪਾਤਰ ਨੇ ਇਮਰਾਨ ਖਾਨ ਜੀ ਔਰ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਸਾਹਿਬ ਅਤੇ ਇੰਡੀਆ ਦੀ ਗੌਰਮੈਂਟ ਵੀ ਐਪਰੀਸ਼ੀਏਟ ਹੈ ਉਹਨਾਂ ਦੇ ਲਈ ਵੀ। ਅਤੇ ਪਰ ਸਿੱਧੂ ਸਾਹਿਬ ਦੇ ਲਈ ਦਿਲੋਂ ਦੁਆਵਾਂ ਕਿ ਉਹ ਬੰਦਾ ਬਹੁਤ ਹੀ ਤਰੱਕੀ ਕਰੇ ਅਤੇ ਅਸੀਂ ਹਮੇਸ਼ਾ ਉਸਦਾ ਸਾਥ ਦੇ ਸਕੀਏ। ਸੋ ਅੱਜ ਦੇ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੁੱਚੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਲਾਂਘੇ ਦੇ ਬਾਰੇ ਮੈਂ ਨਵਨੀਤ ਪੁੱਛਣਾ ਚਾਹੂੰਗਾ ਕਿ ਜਿਹੜਾ ਲਾਂਘਾ ਖੁੱਲ੍ਹਿਆ ਹੈਗਾ ਉਸ ਦੇ ਬਾਰੇ 'ਚ ਤੁਹਾਡਾ ਵਿਚਾਰ ਕੀ ਆ ਔਰ ਤੁਸੀਂ ਕਿਸ ਨੂੰ ਜ਼ਿਆਦਾ ਕ੍ਰੈਡਿਟ ਦਿੰਦੇ ਹੋ ਜਾਂ ਸੰਗਤ ਦੀਆਂ ਜਿਹੜੀਆਂ ਅਰਦਾਸਾਂ ਨੇ ਉਹਨਾਂ ਦਾ ਫਲ ਆ, ਕੀ ਸੋਚਦੇ ਹੋ ਤੁਸੀਂ ਲਾਂਘੇ ਦੇ ਬਾਰੇ, ਕੀ ਕਮੈਂਟ ਕਰੋਗੇ? ਬਹੁਤ ਵੱਡੀ ਅਚੀਵਮੈਂਟ ਹੈ ਮੈਨੂੰ ਲੱਗਦਾ ਸਾਡੀ ਸਿੱਖ ਕਮਿਊਨਿਟੀ ਦੇ ਲਈ ਵੀ ਉਹ ਲਾਂਘਾ ਜਿਹੜਾ ਖੁੱਲ੍ਹਿਆ ਹੈ ਅਤੇ ਆਪਾਂ ਅੱਗੇ ਲੁੱਕ ਫੋਰਵਰਡ ਕਰਦੇ ਹਾਂ ਕਿ ਅਜੇ ਤੱਕ ਤਾਂ ਮੈਂ ਖਿਆਲ ਕਰਤਾਰਪੁਰ ਸਾਹਿਬ ਤੱਕ ਹੈ ਅਤੇ ਅੱਗੇ ਅੱਗੇ ਨਨਕਾਣਾ ਸਾਹਿਬ ਤੱਕ ਵੀ ਆਪਾਂ ਪਹੁੰਚਾਂਗੇ ਅਤੇ ਅਸੀਂ ਕੱਲ੍ਹ ਪਰਸੋਂ ਹੀ ਆਪਸ 'ਚ ਗੱਲਾਂ ਕਰ ਰਹੇ ਸੀ ਵੀ ਲੁੱਕ ਫੋਰਵਰਡ ਕੇ ਛੇਤੀ ਤੋਂ ਛੇਤੀ ਇੰਡੀਆ ਜਾਈਏ ਅਤੇ ਆਪਾਂ ਉੱਥੇ ਦਰਸ਼ਨ ਕਰੀਏ ਅਤੇ ਮੈਨੂੰ ਓਬਵੀਅਸਲੀ ਸਾਰੇ ਪੋਲੀਟੀਸ਼ੀਅਨਸ ਦਾ ਜਿਹੜਾ ਕੰਟਰੀਬਿਊਸ਼ਨ ਉਹ ਤਾਂ ਹੁੰਦਾ ਹੀ ਹੈ, ਕਿਸੇ ਵੀ ਚੀਜ਼ ਨੂੰ ਅੱਗੇ ਲੈ ਕੇ ਜਾਣਾ, ਜਨਤਾ ਦੀ ਆਵਾਜ਼ ਨੂੰ ਅੱਗੇ ਲੈ ਕੇ ਜਾਣਾ ਔਰ ਉਹਨੂੰ ਐਕਸ਼ਨ 'ਚ ਲੈ ਕੇ ਆਉਣਾ, ਉਹਦੇ ਲਈ ਇਟਸ ਵੈਰੀ ਇੰਪੋਰਟੈਂਟ ਕਿ ਆਪਣੇ ਵਿੱਚ ਲਾਇਜ਼ਨ ਹੋਵੇ ਐਂਡ ਦੈਟ ਇਜ਼ ਆਰ ਪੋਲੀਟੀਸ਼ੀਅਨਸ ਅਤੇ ਉਹਨਾਂ ਨੇ ਬਿਗ ਰੋਲ ਪਲੇ ਕੀਤਾ। ਬਟ ਐਟ ਦਾ ਐਂਡ ਸਾਡੇ ਬਾਬੇ ਨਾਨਕ ਦੀਆਂ ਜਿਹੜੀਆਂ ਮੇਰਾ ਹੈ ਅਤੇ ਸਾਡੀਆਂ ਅਰਦਾਸਾਂ ਨੇ ਜਿਹੜੀਆਂ ਰੰਗ ਲੈ ਰਹੀਆਂ। ਗੁਰਪ੍ਰੀਤ, ਤੁਸੀਂ ਕੀ ਕਹੋਗੇ ਇਸ ਪੂਰੇ ਇਵੈਂਟ ਦੇ ਬਾਰੇ ਜਿਹੜਾ ਅੱਜ ਹੋਇਆ, ਕਿੱਦਾਂ ਫੀਲ ਕਰ ਰਹੇ ਹੋ? ਬਿਲਕੁਲ, ਆਪਾਂ ਜਿਵੇਂ ਕਿ ਜਾਣਦੇ ਹਾਂ ਡਾਨਾ ਵਾਟਲੇ, ਰਸਲ ਵਾਟਲੇ ਹਮੇਸ਼ਾ ਆਪਣੀ ਕਮਿਊਨਿਟੀ ਦੀ ਸਪੋਰਟ ਕਰਦੇ ਰਹੇ ਨੇ। ਉਹਨਾਂ ਨੇ ਜਿਸ ਤਰ੍ਹਾਂ ਹਰ ਵਾਰ ਆਪਾਂ ਨੂੰ ਗੈਦਰ ਕਰਦੇ ਨੇ, ਇੱਥੇ ਆਪਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਉਂਦੇ ਹਾਂ ਜਾਂ ਬੰਦੀ ਛੋੜ ਦਿਵਸ ਮਨਾਉਂਦੇ ਹਾਂ, ਬਹੁਤ ਹੀ ਚੰਗਾ ਉਪਰਾਲਾ ਹੈ। ਇਹਦੇ ਨਾਲ ਆਪਾਂ ਕਮਿਊਨਿਟੀ ਮਿਲ ਵੀ ਲੈਂਦੇ ਹਾਂ ਅਤੇ ਆਪਾਂ ਆਪਣੀਆਂ ਚਾਹੇ ਕਿ ਓਪੋਜੀਸ਼ਨ ਵਿੱਚ ਨੇ ਬਟ ਫਿਰ ਵੀ ਆਪਾਂ ਆਪਣੇ ਮੁੱਦੇ ਉਹਨਾਂ ਤੱਕ ਪਹੁੰਚਾ ਸਕਦੇ ਹਾਂ ਅਤੇ ਇੱਕ ਛੋਟਾ ਜਿਹਾ ਰਿਗਰੈਟ ਹੈ ਕਿ ਜੇ ਕਿਤੇ ਗਵਰਨਮੈਂਟ ਵੱਲੋਂ ਵੀ ਹੁੰਦਾ ਤਾਂ ਹੋਰ ਵੀ ਜ਼ਿਆਦਾ ਚੰਗਾ ਸੀ। ਅੱਜ ਯੂ ਹੈਵ ਅ ਰਸ਼ਲ ਵਾਟਲੇ ਵਿਦ ਮੀ, ਹੀ ਇਜ਼ ਦ ਵਨ ਆਫ ਆਈ ਵਾਜ਼ ਟਾਕਿੰਗ ਅਬਾਊਟ, ਦੇ ਆਲਵੇਜ਼ ਐਪਰੀਸ਼ੀਏਟ ਅਬਾਊਟ ਐਨੀ ਸਿੱਖ ਇਵੈਂਟ, ਨੋ ਮੈਟਰ ਇਨ ਪਾਰਲੀਮੈਂਟ, ਈਵਨ ਆਊਟਸਾਈਡ ਦੇ ਆਰ ਦ ਫਸਟ ਪੀਪਲ, ਦੇ ਸਟੈਪ ਆਊਟ ਫਰੋਮ ਪਾਰਲੀਮੈਂਟ ਐਂਡ ਦੇ ਟਰਾਇੰਗ ਟੂ ਗੋ ਦੇ ਆਰ ਐਜ਼ ਮਚ ਦੇ ਕੈਨ ਪਾਰਟ ਕੰਟਰੀਬਿਊਟ, ਸੋ ਦੇ ਆਰ ਵੈਰੀ ਕਲੋਜ਼ ਟੂ ਸਿੱਖ ਰਿਲੀਜ਼ਨ। ਆਈ ਵੁੱਡ ਲਾਈਕ ਟੂ ਆਸਕ, ਯੂ ਆਰ ਵੈਰੀ ਬਿਜ਼ੀ ਪਰਸਨ ਐਂਡ ਆਈ ਹੈਵ ਸੀਨ ਯੂ ਫਰੋਮ ਲਾਸਟ 10 ਈਅਰ ਐਂਡ ਯੂ ਆਰ ਮੂਵਿੰਗ ਇਨ ਦ ਕਮਿਊਨਿਟੀ ਐਂਡ ਵਟ ਸੋਰਟ ਆਫ part of Sikhism or Indian community is attracting you and from where you are getting that energy? Yeah. Look, one of the most difficult challenges a person could ever experience is to leave their country of birth with their family and come to another country to make it their life. Yeah. So along the way, many obstacles can come in their way. So both Dana and I, we recognised that very early on, and we decided that we're going to dedicate ourselves to helping where we can to members of the subcontinent. And 4 years ago, we decided that it was very important to recognise the very special day in the year of the Sikh community, the birthday of Guru Nanak. Now, this is a very special occasion because it's the 550th birthday. So for 4 years now, we've been holding this. We've been inviting members of the Sikh community from all over South Australia, all the various temples, the regions, and they come here and we have this celebration. Peter Malinauskas, the leader of the Labor opposition, he attends. He's always very keen to attend, and we just enjoy the very special day, as you saw today. Yes. The prayers and the acknowledgements, it's just a very special day, and we like to be a part of that, we like to share that. So hopefully that answers your question. Thank you very much. So
ਇਹ ਸੀਗੇ ਜਿਹੜੇ ਰਸ਼ਲ ਬਾਟਲੇ ਜਿਨ੍ਹਾਂ ਨੇ ਆਪਣੇ ਜਿਹੜੇ ਹਾਵ ਭਾਵ ਐਕਸਪ੍ਰੈਸ ਕੀਤੇ ਆ ਇਸ ਓਕੇਜ਼ਨ ਦੇ ਉੱਪਰ, ਕਿੱਦਾਂ ਉਹ ਸਾਡੀ ਕਮਿਊਨਿਟੀ ਨੂੰ ਲੈਂਦੇ ਨੇ। ਮੈਂ ਪਿਛਲੇ 10 ਸਾਲਾਂ ਤੋਂ ਇਹਨਾਂ ਨੂੰ ਨੋਟਿਸ ਕਰ ਰਿਹਾ, ਐਕਟਿਵਲੀ ਪਾਰਟੀਸਪੇਟ ਕਰਦੇ ਨੇ ਅਲੱਗ ਅਲੱਗ ਤਰ੍ਹਾਂ ਦੇ ਇਵੈਂਟਸ ਦੇ ਵਿੱਚ। ਵਾਹਿਗੁਰੂ ਕਹਿਣਾ ਨਿਰਭੈ ਹੋ ਨਿਰਭੈ ਹੋ ਉਹਨ ਸਭ ਦਾ ਰਹਿਣਾ, ਨਿਰਭੈ ਹੋ ਨਿਰਭੈ ਹੋ ਉਹਨ ਸਭ ਦਾ ਰਹਿਣਾ, ਉਹ ਗਿਆਨ ਦਾ ਹੈ ਦਰੀਆ ਜਿਹਨੇ ਵਗਦਾ ਰਹਿਣਾ, ਉਹ ਪ੍ਰਕਾਸ਼ ਦਾ ਹੈ ਦਰੀਆ ਜਿਹਨੇ ਵਗਦਾ ਰਹਿਣਾ।